ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀ ਤੇ ਅੱਜ ਦੀ ਵੀਡੀਓ ਕਾਫੀ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ 'ਚ ਆਪਾਂ ਕਵਰ ਕਰਾਂਗੇ ਪੰਜਾਬ ਦੇ ਲੋਕ ਨਾਚ ਮੇਲੇ ਅਤੇ ਤਿਉਹਾਰਾਂ ਨਾਲ ਸੰਬੰਧਿਤ ਜਿੰਨੇ ਵੀ ਇੰਪੋਰਟੈਂਟ MCQ ਬਣਦੇ ਨੇ ਇਸ ਵੀਡੀਓ 'ਚ ਆਪਾਂ ਕਵਰ ਕਰਾਂਗੇ ਇਹ ਇਸ ਵੀਡੀਓ ਦਾ ਪਾਰਟ ਜਿਹੜਾ ਫਸਟ ਰਵੇਗਾ ਤੇ ਇਸ ਵੀਡੀਓ ਤੋਂ ਤੁਹਾਨੂੰ ਐਗਜ਼ਾਮ 'ਚ 2 ਨੰਬਰ ਜਿਹੜੇ ਤੁਹਾਡੇ ਪੱਕੇ ਹੋ ਜਾਣੇ ਨੇ ਉਮੀਦ ਕਰਾਂਗਾ ਵੀਡੀਓ ਤੁਸੀਂ ਧਿਆਨ ਨਾਲ ਤੇ ਪੂਰੀ ਦੇਖੋਗੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਸਾਡਾ ਫਰਸਟ ਕੁਸ਼ਨ ਆਂਦਾ ਜੀ ਪੰਜਾਬ ਦੇ ਕਿਹੜੇ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਦਿੱਤਾ ਹੈ ਜਗਰਾਵਾਂ ਦੀ ਰੋਸ਼ਨੀ ਸੈਕਿੰਡ ਆਪਣੇ ਕੋਲ ਹੈਗਾ ਜਰਗ ਦਾ ਮੇਲਾ ਥਰਡ ਹੈਗਾ ਛਪਾਰ ਦਾ ਮੇਲਾ ਤੇ 4ਥੇ ਹੈ ਕੁਰਾਲੀ ਦਾ ਮੇਲਾ ਤੇ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਜੀ ਜਰਗ ਦੇ ਮੇਲੇ ਵਿੱਚ অপਸ਼ਨ ਨੰਬਰ ਬੀ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਜਰਗ ਦਾ ਮੇਲਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਨੈਕਸਟ ਕੁਐਸਚਨ ਆਪਣਾ ਹੁੰਦਾ ਹੈ ਜੀ ਤਮਾਲ ਕਿਹੜੇ ਨਾਚ ਦੀ ਤਾਲ ਹੈ ਚਾਰ ਆਪਸ਼ਨ ਦਿੱਤੇ ਨੇ ਫਸਟ ਹੈਗਾ ਗਿੱਧਾ ਸੈਕਿੰਡ ਦਿੱਤਾ ਹੈ ਚੁੰਮਰ ਥਰਡ ਆਪਣੇ ਕੋਲ ਹੈਗਾ ਪੰਗੜਾ ਤੇ 4ਥੇ ਹੈਗਾ ਸੰਮੀ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਬੀ ਚੁੰਮਰ ਤਾਂ ਤਮਾਲ ਜਿਹੜੀ ਹੈਗੀ ਐ ਚੁੰਮਰ ਜਿਹੜੀ ਨਾਚਦੀ ਤਾਂ ਲਈ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਸੰਮੀ ਕਿਹੜੇ ਖੇਤਰ ਦਾ ਨਾਚ ਹੈ ਚਾਰ ਆਪਸ਼ਨ ਦਿੱਤੇ ਨੇ ਫਸਟ ਆਪਣੇ ਕੋਲ ਹੈਗਾ ਦੁਆਬਾ ਸੈਕੰਡ ਦਿੱਤਾ ਹੈ ਮਾਝਾ ਥਰਡ ਆਪਣੇ ਕੋਲ ਹੈਗਾ ਸਾਦਲ ਨਾਚ ਤੇ 4 ਤੇ ਗਿਆ ਮਾਲਵਾ ਤਾਂ ਐਸ ਕੁਸ਼ਨ ਦਾ ਜਿਹੜਾ கரੈਕਟ ਆਨਸਰ ਹੋ ਜਾਏਗਾ অপਸ਼ਨ ਨੰਬਰ 3 ਸਾਦਲ ਨਾਚ ਸੰਮੀ ਜਿਹੜਾ ਹੈਗਾ ਸਾਦਲ ਨਾਚ ਖੇਤਰ ਦਾ ਨਾਚ ਹੈਗਾ ਨੈਕਸਟ ਕੁਸ਼ਨ ਵੱਲ ਚਲਦੇ ਆ ਸਾਡਾ ਨੈਕਸਟ ਕੁਸ਼ਨ ਆਂਦਾ ਹੈ ਕੁੜੀਆਂ ਤੇ ਤੀਵੀਆਂ ਦਾ ਪ੍ਰਸਿੱਧ ਨਾਚ ਕਿਹੜਾ ਹੈਗਾ ਚਾਰ অপਸ਼ਨ ਨੇ ਫਸਟ ਹੈਗਾ ਗਿੱਦਾ ਸੈਕਿੰਡ ਦਿੱਤਾ ਸੰਮੀ ਥਰਡ ਆਪਣੇ ਕੋਲ ਹੈਗਾ ਚੁੰਮਰ ਤੇ ਫੋਰਥ ਹੈਗਾ ਟਿਕਲੀ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 1 ਗਿੱਧਾ ਗਿੱਧਾ ਜਿਹੜਾ ਹੈਗਾ ਕੁੜੀਆਂ ਦਾ ਪ੍ਰਸਿੱਧ ਨਾਚ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਆਂ। ਸਾਡਾ ਨੈਕਸਟ ਕੁਐਸਚਨ ਆਂਦਾ ਹੈ ਪੰਗੜਾ ਨਾਚ ਦਾ ਜਨਮ ਕਿੱਥੇ ਹੋਇਆ? ਫਸਟ ਆਪਸ਼ਨ ਦਿੱਤਾ ਹੈ ਚੰਗ ਸੈਕਿੰਡ ਦਿੱਤਾ ਪਟਿਆਲਾ 3rd ਆਪਣੇ ਕੋਲ ਹੈਗਾ ਸਿਆਲਕੋਟ ਤੇ 4th ਹੈਗਾ ਲਾਹੌਰ ਤਾਂ ਪੰਗੜਾ ਨਾਚ ਦਾ ਜਿਹੜਾ ਜਨਮ ਹੋਇਆ ਸੀ অপਸ਼ਨ ਨੰਬਰ ਊੜਾ ਜਿਹੜਾ ਆਪਣਾ ਕਰੈਕਟ ਹੋ ਜਾਏਗਾ ਚੰਗ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਹੈਗਾ ਬੀਰ ਰਸਵਾੰਗ ਗਾਉਣ ਸਮੇਂ ਕਿਹੜੇ ਸਾਜ਼ ਦੀ ਲੋੜ ਹੁੰਦੀ ਹੈ ਫਿਰ ਤੋਂ ਰਿਪੀਟ ਕਰਦੇ ਆ ਜੀ ਬੀਰ ਰਸਵਾਰਾ ਸਰੀਵਾਰਾਂ ਗਾਉਣ ਸਮੇ ਕਿਹੜੇ ਸਾਜ਼ ਦੀ ਲੋਡ ਹੁੰਦੀ ਹੈ ਫਸਟ ਹੈਗਾ ਟੋਲ ਸੈਕਿੰਡ ਦਿੱਤਾ ਹੈ ਕਾਟੋ ਥਰਡ ਆਪਣੇ ਕੋਲੇ ਹੈਗਾ ਟੱਡ ਤੇ ਫੋਰਥ ਹੈਗਾ ਅਲਗੋਜਾ ਤਾਂ ਇਸ ਕੁਸ਼ਣ ਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ অপਸ਼ਨ ਨੰਬਰ ਸੀ ਟੱਡ ਟੱਡ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਵੀਰ ਰਾਸਵਾਰਾਂ ਗਾਉਣ ਸਮੇ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਹੈਗਾ ਚੁੰਮਰ ਕਿਸ ਦਾ ਨਾਚ ਹੈ ਫਸਟ ਆਪਸ਼ਨ ਹੈਗਾ ਮਰਦਾਨਾ ਸੈਕੰਡ ਦਿੱਤਾ ਹੈ ਤੀਵੀਆਂ ਥਰਡ ਆਪਣੇ ਕੋਲੇ ਹੈਗਾ ਕੁੜੀਆਂ ਤੇ ਫੋਰ ਦਿੱਤਾ ਹੈ ਊੜਾ ਤੇ ਈੜੀ ਦੋਵੇਂ ਤੇ ਇਹਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਫਸਟ ਚੁੰਮਰ ਜਿਹੜਾ ਹੈਗਾ ਉਹ ਮਰਦਾਨਾ ਦਾ ਨਾਚ ਹੈਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਸਾਡਾ ਨੈਕਸਟ ਕੁਐਸਚਨ ਆਦਾ ਹੈ ਕਾਰਟੋ ਨਾਮਕ ਸਾਜ ਕਿਹੜੇ ਨਾਚ ਨਾਲ ਸੰਬੰਧ ਰੱਖਦਾ ਫਸਟ ਆਪਸ਼ਨ ਦਿੱਤਾ ਹੈ ਸੰਮੀ ਸੈਕਿੰਡ ਦਿੱਤਾ ਹੈ ਗਿੱਧਾ ਥਰਡ ਆਪਣੇ ਕੋਲ ਹੈਗਾ ਚੁੰਮਰ ਤੇ ਫੋਰਥ ਦਿੱਤਾ ਹੈ ਪੰਗੜਾ ਤਾਂ ਇਹਦਾ ਜਿਹੜਾ கரੈਕਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 4th ਪੰਗੜਾ ਕਾਰਟੋ ਨਾਮਕ ਸਾਜ ਜਿਹੜਾ ਹੈਗਾ ਪੰਗੜੇ ਨਾਚ ਨਾਲ ਜਿਹੜਾ ਸੰਬੰਧ ਰੱਖਦਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਫੁਲਕਾਰੀ ਕਲਾ ਵਿੱਚ ਕਿਹੜਾ ਧਾਗਾ ਵਰਤਿਆ ਜਾਂਦਾ ਹੈ ਫਸਟ ਆਪਸ਼ਨ ਹੈਗਾ ਸੁਤੀ ਸੈਕਿੰਡ ਦਿੱਤਾ ਹੈ 19 ਥਰਡ ਹੈਗਾ ਰੇਸ਼ਮੀ ਤੇ ਫੋਰਥ ਹੈਗਾ ਇਹ ਸਾਰੇ ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਈਡੀ ਰੇਸ਼ਮੀ ਫੁਲਕਾਰੀ ਕਲਾ ਵਿੱਚ ਰੇਸ਼ਮੀ ਧਾਗਾ ਜਿਹੜਾ ਵਰਤਿਆ ਜਾਂਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਅਲਗੋਜਾ ਸਾਜ ਦੀ ਵਰਤੋਂ ਕਿਹੜੇ ਨਾਚ ਲਈ ਕੀਤੀ ਜਾਂਦੀ ਹੈ? ਫਸਟ ਆਪਸ਼ਨ ਹੈਗਾ ਸੰਮੀ, ਸੈਕਿੰਡ ਦਿੱਤਾ ਹੈ ਗਿੱਧਾ, ਥਰਡ ਆਪਣੇ ਕੋਲ ਹੈਗਾ ਚੁੰਮਰ ਤੇ ਫੋਰਥ ਹੈਗਾ ਪੰਗੜਾ। ਤਾਂ ਅਲਗੋਜਾ ਸਾਜ ਦੀ ਵਰਤੋਂ ਕੀਤੀ ਜਾਂਦੀ ਹੈ ਪੰਗੜੇ ਵਿੱਚ। ਨੈਕਸਟ ਕੁਐਸਚਨ ਵੱਲ ਚੱਲਦੇ ਆਂ। ਨੈਕਸਟ ਕੁਐਸਚਨ ਆਂਦਾ ਹੈ ਪਿੰਗਾ ਕਿਹੜੇ ਤਿਉਹਾਰ ਦਾ ਪ੍ਰਤੀਕ ਹੈ? ਫਸਟ ਆਪਸ਼ਨ ਦਿੱਤਾ ਹੈ ਜਗਰਾਂਵਾਂ ਦੀ ਰੋਸ਼ਨੀ ਸੈਕਿੰਡ ਦਿੱਤਾ ਤੀਆਂ 3rd ਹੈਗਾ ਵਿਸਾਖੀ ਤੇ 4th ਹੈਗਾ ਮਾਗੀ ਤਾਂ ਪਿੰਗਾ ਜਿਹੜੇ ਹੈਗੇ ਆ ਉਹ ਤੀਆਂ ਤਿਉਹਾਰ ਦਾ ਜਿਹੜਾ ਪ੍ਰਤੀਕ ਹੈਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਤੀਆਂ ਦਾ ਤਿਉਹਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਫਸਟ ਆਪਸ਼ਨ ਹੈਗਾ ਅਸੂ ਸੈਕਿੰਡ ਦਿੱਤਾ ਹੈ ਚੇਤ 3rd ਆਪਣੇ ਕੋਲ ਹੈਗਾ ਫੱਗਣ ਤੇ 4th ਹੈਗਾ ਸਾਵਣ ਤਾਂ ਤੀਆਂ ਦਾ ਤਿਉਹਾਰ ਹੈ ਜਿਹੜਾ ਉਹ ਸ਼ਾਵਣ ਵਿੱਚ ਮਨਾਇਆ ਜਾਂਦਾ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਆਂ। ਨੈਕਸਟ ਕੁਐਸਚਨ ਹੈਗਾ ਜਗਰਾਵਾਂ ਦੀ ਰੋਸ਼ਨੀ ਨਾਮਕ ਮੇਲਾ ਦਾ ਸਬੰਧ ਕਿਸੇ ਨਾਲ ਹੈ? ਫਸਟ ਆਪਸ਼ਨ ਹੈਗਾ Hindu ਧਰਮ ਨਾਲ, ਸੈਕੰਡ ਦਿੱਤਾ ਹੈ Sikh ਧਰਮ ਨਾਲ, ਥਰਡ ਹੈਗਾ Sufi ਮਤ ਨਾਲ ਤੇ ਫੋਰਥ ਹੈਗਾ Vaishnav ਮਤ ਨਾਲ। ਹਾਂ ਜਿਹੜਾ ਜਗਰਾਵਾਂ ਦੀ ਰੋਸ਼ਨੀ ਨਾਮਕ ਮੇਲਾ ਹੈ ਉਹ ਸੰਬੰਧਿਤ ਹੈਗਾ ਸੂਫੀ ਮਤਨਾ অপশন ইডি ਜਿਹੜਾ ਆਪਣਾ கரெક્ટ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆ। ਨੈਕਸਟ ਕੁਐਸਚਨ ਹੈਗਾ ਪ੍ਰੋਫੈਸਰ ਮੋਨ ਸਿੰਘ ਮੇਲਾ ਕਿੱਥੇ ਲੱਗਦਾ ਹੈ? ফার্স্ট অপশন ਦਿੱਤਾ ਹੈ ਚੰਡੀਗੜ੍ਹ। সেকেন্ড ਦਿੱਤਾ ਹੈ ਲੁਧਿਆਣਾ। ਥਰਡ ਆਪਣੇ ਕੋਲ ਹੈਗਾ ਜਲੰਧਰ ਤੇ फोर्थ ਦਿੱਤਾ ਹੈ ਪਟਿਆਲਾ। ਤਾਂ ਪ੍ਰੋਫੈਸਰ ਮੋਨ ਸਿੰਘ ਮੇਲਾ ਜਿਹੜਾ ਲੱਗਦਾ ਉਹ ਲੱਗਦਾ ਹੈ ਜੀ ਲੁਧਿਆਣਾ। অপশন ਇਹੜਾ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਨੈਕਸਟ ਕੁਐਸਚਨ ਆਂਦਾ ਹੈ ਹੋਲਾ ਮੁਹੱਲਾ ਦਾ ਤਿਉਹਾਰ ਕਿਸ ਨੇ ਸ਼ੁਰੂ ਕੀਤਾ ਸੀ ਫਸਟ ਆਪਸ਼ਨ ਹੈਗਾ ਗੁਰੂ ਹਰਗੋਬਿੰਦ ਜੀ ਸੈਕੰਡ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਥਰਡ ਆਪਣੇ ਕੋਲ ਹੈਗਾ ਮਹਾਰਾਜਾ ਰਣਜੀਤ ਸਿੰਘ ਜੀ ਤੇ ਫੋਰਥ ਹੈਗਾ ਬੰਦਾ ਬਹਾਦਰ ਜੀ ਤਾਂ ਹੱਲਾ ਮੁਹੱਲਾ ਦਾ ਤਿਉਹਾਰ ਹੈ ਜਿਹੜਾ ਉਹ ਸਟਾਰਟ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ অপশন এڑا ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਨੈਕਸਟ ਕੁਐਸਚਨ ਹੈਗਾ ਹਰ ਸਾਲ ਲੋਹੜੀ ਦਾ ਤਿਵਾਰ ਕਦੋਂ ਮਨਾਇਆ ਜਾਂਦਾ ਹੈ ਤਾਂ ਫਰਸਟ অপਸ਼ਨ ਦਿੱਤਾ ਹੈ 13 ਫਰਵਰੀ ਸੈਕਿੰਡ ਦਿੱਤਾ ਹੈ 13 ਜਨਵਰੀ ਥਰਡ ਆਪਣੇ ਕੋਲ ਹੈਗਾ 13 ਅਪ੍ਰੈਲ ਤੇ ਫੋਰਥ ਹੈਗਾ 13 ਮਾਰਚ ਤਾਂ ਹਰ ਸਾਲ ਜਿਹੜਾ ਲੋਹੜੀ ਦਾ ਤਿਵਾਰ ਮਨਾਇਆ ਜਾਂਦਾ ਹੈ 13 ਜਨਵਰੀ ਨੂੰ অপਸ਼ਨ এڑا ਜਿਹੜਾ ਆਪਣਾ ਕੋਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਰਖੜੀ ਦਾ ਤਿਵਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤਾਂ ਫਸਟ ਆਪਣੇ ਕੋਲ ਆਪਸ਼ਨ ਹੈਗਾ ਚੇਤ ਸੈਕਿੰਡ ਦਿੱਤਾ ਹੈ ਫੱਗਣ ਥਰਡ ਆਪਣੇ ਕੋਲ ਹੈਗਾ ਮਾਗ ਤੇ ਫੋਰਥ ਹੈਗਾ ਸਾਵਣ ਤਾਂ ਰਖੜੀ ਦਾ ਜਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਉਹ ਮਨਾਇਆ ਜਾਂਦਾ ਹੈ ਸਾਵਣ ਵਿੱਚ ਆਪਸ਼ਨ ਡੀ ਆਪਣਾ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਛਪਾਰ ਦਾ ਮੇਲਾ ਕਿਸ ਦੀ ਸਮਾਦ ਤੇ ਲੱਗਦਾ ਹੈ ਫਰਸਟ ਆਪਸ਼ਨ ਹੈਗਾ ਗੁੰਗਾ ਪੀਰ ਸੈਕੰਡ ਹੈਗਾ ਬਾਬਾ ਫਰੀਦ ਥਰਡ ਹੈਗਾ ਜਾਮੁਦਿਨ ਓਲਿਆ ਤੇ ਫੋਰਥ ਹੈਗਾ ਪੀਰ ਮੁਹੰਮਦ ਸ਼ਾ ਤਾਂ ਜਿਹੜਾ ਛਪਾਰ ਦਾ ਜਿਹੜਾ ਮੇਲਾ ਲੱਗਦਾ ਉਹ ਲੱਗਦਾ ਹੈ ਜੀ ਗੁੰਗਾ ਪੀਰ ਦੇ ਸਮਾਦ ਤੇ ਆਪਸ਼ਨ ਫਰਸਟ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਨੈਕਸਟ ਆਪਣਾ ਕੁਸ਼ਨ ਹੈਗਾ ਪੰਜਾਬ ਵਿੱਚ ਕਿਸਾਨ ਮੇਲਾ ਕਿੱਥੇ ਲੱਗਦਾ ਹੈ ਤਾਂ ਫਰਸਟ ਆਪਸ਼ਨ ਦਿੱਤਾ ਹੈ ਲੁਧਿਆਣਾ ਸੈਕਿੰਡ ਦਿੱਤਾ ਹੈ ਜਲੰਧਰ ਥਰਡ ਆਪਣੇ ਕੋਲ ਹੈਗਾ ਅਮ੍ਰਿਤਸਰ ਤੇ ਫੋਰਥ ਦਿੱਤਾ ਹੈ ਮੁਕਸਰ ਤਾਂ ਜਿਹੜਾ ਪੰਜਾਬ ਵਿੱਚ ਕਿਸਾਨ ਮੇਲਾ ਲੱਗਦਾ ਹੈ ਲੁਧਿਆਣੇ ਵਿੱਚ ਆਪਸ਼ਨ ਫਰਸਟ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਲਾਸਟ ਕੁਸ਼ਨ ਵੱਲ ਚੱਲਦੇ ਹਾਂ ਲਾਸਟ ਕੁਸ਼ਨ ਹੈਗਾ ਕਿੱਕਲੀ ਕਿਸ ਦਾ ਨਾਚ ਹੈ ਤਾਂ ਫਰਸਟ অপਸ਼ਨ ਹੈਗਾ ਮੁੰਡਿਆਂ ਦਾ ਸੈਕਿੰਡ ਦਿੱਤਾ ਹੈ ਕੁੜੀਆਂ ਦਾ ਥਰਡ ਹੈਗਾ ਤੀਵੀਆਂ ਦਾ ਤੇ ਫੋਰਥ ਹੈਗਾ ਏੜਾ ਤੇ ਈੜੀ ਦੋਵੇਂ ਤਾਂ ਇਹ ਜਿਹੜਾ ਕੁਸ਼ਨ ਹੈ ਇਹ ਤੁਹਾਡੇ ਲਈ ਹੈਗਾ ਇਸ ਦਾ ਆਨਸਰ ਹੈ ਜਿਹੜਾ ਤੁਸੀਂ ਕਮੈਂਟ ਬਾਕਸ ਚੇਕ ਕਰਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ ਮਿਲਦੇ ਆਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ